ਸਤਿ ਸ਼੍ਰੀ ਅਕਾਲ ਬੇਟਾ, ਥੈਂਕ ਯੂ ਫੋਰ ਯੋਰ ਰੱਖੜੀ, ਬਹੁਤ ਧੰਨਵਾਦ। ਤੇ ਮੈਂ ਡਾਕਟਰ ਸਾਹਿਬ ਨਾਲ ਸ਼ਗਨ ਭੇਜਿਆ ਤੁਹਾਡੇ ਵਾਸਤੇ। ਹੁਣ ਠੀਕ ਹੋ ਤੁਸੀਂ? ਥੈਂਕ ਯੂ ਪਾਪਾ। ਫੇਰ ਤੇ ਮੈਂ ਵੀ ਰੱਖੜੀ ਬੰਨਣੀ ਆ। ਨੂਰ, ਤੂੰ ਕਿੰਨੇ ਰੱਖੜੀ ਬੰਨੇਗੀ? ਮੈਂ ਤਾਂ ਰੱਖੜੀ ਬੰਨੂਗੀ ਸਾਡੇ ਸੀਐਮ ਸਰ ਕੈਪਟਨ ਅਮਰਿੰਦਰ ਸਿੰਘ ਦੇ। ਅੱਛਾ, ਉਹ ਕਿਉਂ? ਕਿਉਂਕਿ ਉਹ ਹੀ ਤਾਂ ਹੈ ਸਾਡੇ ਪੰਜਾਬ ਦਾ ਅਸਲੀ ਰਖਵਾਲਾ। ਕਿਉਂਕਿ ਉਹਨਾਂ ਨੇ ਕਰੋਨਾ ਵਰਗੀ ਮਹਾਮਾਰੀ ਵਿੱਚ ਪੰਜਾਬ ਦੀ ਸੁਰੱਖਿਆ ਦਾ ਵਾਅਦਾ ਕੀਤਾ ਹੈ ਤੇ ਉਹ ਆਪਣੇ ਵਾਅਦੇ ਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾ ਵੀ ਰਹੇ ਨੇ। ਹੈਲੋ, ਹੈਲੋ, ਗੁੱਡ ਆਫਟਰਨੂਨ ਸਰ। ਗੁੱਡ ਆਫਟਰਨੂਨ ਬੇਟਾ, ਤੁਸੀਂ ਥੈਂਕ ਯੂ ਫਾਰ ਗੋਇੰਗ, ਮਿਹਰਬਾਨੀ ਤੁਹਾਡੀ, ਧਿਆਨ ਰੱਖ ਰਹੇ ਹੋ ਤੁਸੀਂ? ਹਾਂਜੀ ਸਰ, ਮੈਂ ਡਾਕਟਰ ਗੁਰਵਿੰਦਰ ਸਰ, ਪੀਐਸਸੀ ਕੋਰਸ ਦੀ ਤਰ੍ਹਾਂ ਤੋਂ। ਹਾਂ ਡਾਕਟਰ, ਮੈਂ ਨੂਰ ਦੇ ਕੋਲ ਹੀ ਖੜਾ ਜੀ। ਹਾਂ, ਤੁਸੀਂ ਉਹ ਮਾਸਕ ਮੂਸ ਰੱਖਿਆ ਨਾ? ਵੀ ਗਿਆ ਸਰ, ਮੈਂ ਸਰ ਮੈਂ ਪੀਪੀ ਕਿਟ ਪਾ ਕੇ ਬੈਠਾ ਨੂਰ ਕੋਲ। ਅੱਛਾ ਬੈ, ਥੈਂਕ ਯੂ ਬੇਟਾ, ਥੈਂਕ ਯੂ ਡਾਕਟਰ। ਸਰ ਨੂਰ ਕੋਲ ਹੀ ਬੈਠਾ ਸਰ, ਨੂਰ ਨਾਲ ਕਰੋ ਗੱਲ ਸਰ। ਕਰਾਓ ਕਰਾਓ। ਸਤਿ ਸ਼੍ਰੀ ਅਕਾਲ ਬੇਟਾ, ਥੈਂਕ ਯੂ ਫੋਰ ਯੋਰ ਰੱਖੜੀ। ਤੁਸੀਂ, ਮੈਂ ਕੱਲ ਪੜ੍ਹ ਲਈ ਸੀ ਅਖਬਾਰ ਉਹਦੇ ਵਿੱਚ, ਆਪਣੇ ਫੇਸਬੁੱਕ ਵਿੱਚ, ਬਹੁਤ ਧੰਨਵਾਦ। ਤੇ ਮੈਂ ਡਾਕਟਰ ਸਾਹਿਬ ਨਾਲ ਸ਼ਗਨ ਭੇਜਿਆ ਤੁਹਾਡੇ ਵਾਸਤੇ। ਹੁਣ ਠੀਕ ਹੋ ਤੁਸੀਂ? ਥੈਂਕ ਯੂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਥੈਂਕ ਯੂ ਵੈਰੀ ਮਚ। ਤੁਹਾਡਾ ਹਾਲ ਕੀ ਹੈ ਹੁਣ? ਠੀਕ ਹੋ? ਬਿਲਕੁਲ ਠੀਕ ਹੈ, ਬਸ ਠੀਕ ਠੀਕ ਹੋ? ਮੈਂ ਤੁਹਾਨੂੰ ਰੋਜ਼ ਦੇਖਦਾ ਟੈਲੀਵਿਜ਼ਨ ਤੇ। ਓਕੇ ਬੇਟਾ, ਧਿਆਨ ਰੱਖੋ ਆਪਣਾ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਸਰ ਇਹ ਠੀਕ ਹੈ ਬਿਲਕੁਲ, ਇਹਦੀ ਸੈਚੂਰੇਸ਼ਨ ਵਗੈਰਾ ਸਭ ਕੁਝ ਓਕੇ ਹੈ, ਅਸਿੰਪਟੋਮੈਟਿਕ ਹੈ, ਅਸੀਂ ਇਹਨੂੰ ਸਰ ਹੋਮ ਕੁਆਰੰਟਾਈਨ ਕਰਕੇ, ਹੋਮ ਆਈਸੋਲੇਟ ਕਰ ਦਿੱਤਾ ਸਰ ਇਹਨੂੰ। ਹਾਂ, ਗੁੱਡ ਗੁੱਡ, ਨਹੀਂ ਇਹਨਾਂ ਦਾ ਧਿਆਨ ਰੱਖ। ਐਨੀ ਮੈਡੀਸਿਨ ਰਿਕੁਆਇਰ ਹੈ ਦੱਸ ਦੇਣਾ ਡਾਕਟਰ ਸਾਹਿਬ, ਐਨੀਥਿੰਗ ਵੀ ਰਿਕੁਆਇਰ ਟੂ ਬੀ ਡਨ। ਠੀਕ ਹੈ, ਠੀਕ ਹੈ ਸਰ, ਥੈਂਕ ਯੂ। ਠੀਕ ਹੈ ਸਰ, ਥੈਂਕ ਯੂ ਸਰ।